ਸ਼ਸ਼ੀਕਲ ਜੀ ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਵਾਸਤੇ ਬਿਲਕੁਲ ਲੇਟੈਸਟ ਕਲੈਕਸ਼ਨ ਜਿਹਦੇ ਵਿੱਚ ਕਿ ਅੱਜ ਅਸੀਂ ਤੁਹਾਨੂੰ ਰੈਡੀमेड ਦੇ ਵਿੱਚ ਕਨਸੈਪਟ ਦਿਖਾਉਣ ਜਾ ਰਹੇ ਹਾਂ ਤਕਰੀਬਨ 20 ਦੇ ਆਸ-ਪਾਸ ਪੀਸ ਦਿਖਾਵਾਂਗੇ ਬਿਲਕੁਲ ਨਵੇਂ ਆਰਟੀਕਲ ਨੇ ਸਿੰਗਲ ਸਿੰਗਲ ਕਲਰ ਨੇ ਤੇ ਫੈਬਰਿਕ ਵਿੱਚ ਪਿਓਰ ਕ੍ਰੇਵ ਹੈ ਚਨੌਨ ਸ਼ੋਨ ਹੈ ਜਾਰਜਟ ਹੈ ਕੁਝ ਤਾਣਾ ਬਾਣਾ ਸਿਲਕ ਉੱਤੇ ਹੈ ਕੁਝ ਫਰੌਕ ਸਟਾਈਲ ਨੇ ਕੁਝ ਸਟੇਟ ਦੇ ਵਿੱਚ ਨੇ ਤੇ ਅੱਜ ਅਸੀਂ ਕੋ ਤੁਹਾਨੂੰ ਦਿਖਾਇਆ ਸੀ ਕੱਲ ਵੀਡੀਓ ਦੇ ਵਿੱਚ ਅਸੀਂ ਇੱਕ ਗਿਫਟ ਵੀ ਨਾਲ ਨਾਲ ਦੇ ਰਹੇ ਹਾਂ ਇਸ ਤਾਂ ਆਪਣੇ ਜਿਹੜੇ ਸਾਡੇ ਸਟੋਰ ਦੇ ਇੱਕ ਤੁਹਾਨੂੰ ਇਸ ਤਰ੍ਹਾਂ ਲੈਟਰ ਪਹੁੰਚੇਗੀ ਤੁਹਾਡੇ ਨਾਮ ਦੀ ਇਸ ਤਰ੍ਹਾਂ ਪ੍ਰੋਪਰ ਅਪਰੀਸ਼ੀਏਸ਼ਨ ਲੈਟਰ ਤੁਹਾਡੇ ਨਾਮ ਤੇ ਜਾਏਗੀ ਇੱਕ ਤੁਹਾਨੂੰ ਦਵਾਂਗੇ ਸੰ ਗਿਫਟ ਐਂਪਰ ਬਹੁਤ ਹੀ ਖੂਸੂ ਹੈਂਡਕ੍ਰਾਫਟਸ ਤੇ ਨਾਲ ਇੱਕ ਨੈਕਲਸ ਦੇ ਰਹੇ ਹਾਂ ਇਸ ਵਿੱਚ ਕਿ ਤੁਸੀਂ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਅਸੀਂ ਸੈਚਰਡੇ ਨੂੰ ਇਹ ਗਿਫਟ ਪ੍ਰੈਜ ਕਰਾਂਗੇ तकरीबन ਸ਼ਾਮ ਨੂੰ 6-7 ਵਜੇ ਨਾਲ-ਨਾਲ ਵੀਡੀਓ ਪਾਵਾਂਗੇ ਤੇ ਨਾਲ-ਨਾਲ ਤੁਹਾਨੂੰ ਇਹ ਗਿਫਟ ਵੀ ਡਿਵਾਈਟ ਕਰਾਂਗੇ ਤੇ ਇਹਨਾਂ ਦੇ ਇਹਨਾਂ ਸੂਟ ਦਿਖਾ ਰਹੇ ਹਾਂ ਇਹਨਾਂ ਵਾ ਸਾਡੇ 3 ਨੰਬਰ ਨੇ ਸਟੋਰ ਦੇ ਜਿਨ੍ਹਾਂ ਤੇ ਆਪਾਂ ਬੁਕਿੰਗ ਚੱਲ ਰਹੀ ਹੈ ਇਹਨਾਂ ਤਿੰਨਾਂ ਨੰਬਰਾਂ ਤੇ ਬੁਕਿੰਗ ਚੱਲਦੀ ਤੁਹਾਨੂੰ ਜੋ-ਜੋ ਚੰਗਾ ਲੱਗਦਾ ਤੁਸੀਂ ਜਲਦੀ ਜਲਦੀ ਬੜੇ ਸਕਰੀਨਸ਼ਾਟ ਲੈ ਕੇ ਕਿਸੇ ਵੀ ਨੰਬਰ ਤੇ ਪਿਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ ਜਸਪ੍ਰੀਤ ਜੀ ਜੁਰਿੰਦੇ ਢੱਲੋਂ ਜੀ ਰਵਿੰਦਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਓ ਜੀ ਤੁਹਾਨੂੰ ਫਸਟ ਪੀਸ ਦਿਖਾ ਰਹੇ ਹਾਂ ਅਸੀਂ ਗੱਡੀ ਦੇ। ਪਿਓਰ ਜੌਰਜਟ ਦੇ ਵਿੱਚ ਕਨਸੈਪਟ ਆਏ ਨੇ ਬਹੁਤ ਖੂਬਸੂਰਤ ਕਨਸੈਪਟ ਨੇ ਤੁਸੀਂ ਵਾਕਈ ਕਹੋਗੇ ਕਿ ਚੀਜ਼ਾਂ ਵਾਜੀ ਬਿਲਕੁਲ ਐਕਸਕਲੂਸਿਵ ਨੇ ਤੇ ਇਹ ਨਾਲ-ਨਾਲ ਵੀਡੀਓ ਸ਼ੇਅਰ ਕਰੋ ਜਰੂਰ ਪਲੀਜ਼ਾ ਤੇ ਇੱਕ ਕੋਸ਼ਿਸ਼ ਕਰਿਆ ਕਰੋ ਕਿ ਥੋੜਾ ਜਿਹਾ ਟਾਈਮ ਕੱਟ ਲਿਆ ਕਰੋ ਕਿ ਅਸੀਂ ਵੀਡੀਓ ਬਹੁਤੀ ਲੰਬੀ ਨਹੀਂ ਪਾਉਂਦੇ ਤੇ 20 25 ਮਿੰਟ ਦੀ ਸਾਡੀ ਵੀਡੀਓ ਹੁੰਦੀ ਹੈ 20 22 ਮਿੰਟ ਦੀ ਪੂਰੀ ਤੱਕ ਐਂਡ ਤੱਕ ਦੇਖਿਆ ਕਰੋ ਬੜਾ ਸ਼ਰਟ ਕੋਲ ਫਿਰ ਉੱਪਰ ਕੋਣ ਇਸ ਤੋਂ ਅਨੂੰ ਸਟਾਰਟਿੰਗ ਪੀਸ ਤੋਂ ਸ਼ੁਰੂ ਕਰਾਂਗੇ ਇਹ ਜਾਰਜਟ ਦੇ ਵਿੱਚ ਕਨਸੈਪਟ ਆਇਆ ਇਹ ਨੀਚੇ ਆਏਗਾ ਨੀਚੇ ਜ਼ਾਫਾ ਆਏਗਾ ਯੇਲਾ ਟੱਕ ਦੇ ਛੋਟੇ ਇਹ ਪਿਓਰ ਜਾਰਜਟ ਦੇ ਵਿੱਚ ਜ਼ਾਫਾ ਆਏਗਾ ਜੀ ਸਾਰਾ ਇਹ ਮਤਲਬ ਪ੍ਰੋਪਰ ਰੇਪ ਕਟਿੰਗ ਦੇ ਵਿੱਚ ਬਣਿਆ ਹੁੰਦਾ ਨਾਲੇ ਇਹਦੇ ਨਾਲ ਹੀ ਕਿ ਉੱਪਰ ਸ਼ਾਰਟ ਸ਼ਰਟ ਬਹੁਤ ਐਕਸਕਲੂਸਿਵ ਪੀਸ ਨਹੀਂ ਜਰੇ ਪਿਓਰ ਜਾਰਜਟ ਉੱਤੇ ਸ਼ਾਰਟ ਆ ਸਾਰਾ ਟੋਟਲੀ ਵਾਈਟ ਪਰਲਸ ਤੇ ਹਲਕਾ ਹਲਕਾ ਵਾਈਟ ਕੜਦਾਨੀ ਦਾ ਦੋ ਤਰ੍ਹਾਂ ਦਾ ਪਰਲਸ ਲੱਗਿਆ ਇੱਕ ਵਾਈਟ ਪਰਲਸ ਆ ਇੱਕ ਪੋਦ ਮੋਤੀ ਯੂਜ਼ ਕੀਤਾ ਆ ਆ ਦੇਖੋ ਪੂਰੀ ਸ਼ਰਟ ਦਾ ਫਰੰਟ ਹੈ ਜਿਵੇਂ ਲੜਕੀਆਂ ਨੂੰ ਚਾਹੀਦੇ ਨੇ ਨਾਰਮਲ ਪੀਸ ਫੁੱਲ ਬਾਹੂ ਫਰੰਟ ਐਂਡ ਬੈਕ ਤੋਂ ਪੂਰੀ ਬਾਹੂ ਹੈਵੀ ਹੈ ਉੱਪਰ ਹੈ ਹਲਕਾ ਜਿਹਾ ਗੋਲ ਗਲਾ ਆਏਗਾ ਇਹ ਵਿਦਾਊਟ ਦੁਪੱਟਾ ਕਨਸੈਪਟ ਹੈ ਬੇਟੇ ਇਹ ਵਿਦਾਊਟ ਦੁਪੱਟਾ ਕਨਸੈਪਟ ਹੈ ਸੈਂਟਰ ਓਪਨ ਦੇ ਵਿੱਚ ਆਏਗਾ ਇਸ ਤਰ੍ਹਾਂ ਇਹ ਲੇਕਿਨ ਲੋਕ ਓਪਨ ਦੀ ਆਏਗੀ ਲੇਕਿਨ ਹੈ ਜੋਇੰਟ ਇਹ ਹਲਕਾ ਜਿਹਾ ਦੇ ਵਿੱਚ ਬਿਲਕੁਲ ਲੇਟੈਸਟ ਚੀਜ਼ ਹੈ ਪਿਓਰ ਚੌਰਜਟ ਦੇ ਬਣਿਆ ਸਾਈਜ਼ ਆਪਾਂ ਨੂੰ ਮਿਲੇਗਾ 38 40 ਵੈਲੀ ਸਟੇਟ ਸ਼ਰਟ ਦੇ نیچے ਜ਼ਾਫਾ ਆਏਗਾ ਯਹਲਾ ਵਿਦਾਊਟ ਦੁਪੱਟਾ ਕਨਸੈਪ ਸਾਰੇ ਪੀਸ ਤੁਹਾਨੂੰ ਮਤਲਬ ਜੋ ਲੇਟੈਸਟ ਹੈ ਉਹ ਹੀ ਖੋਲਾਂਗੇ ਜੀ ਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ ਰਾਕੇ ਸਤਿ ਸ਼੍ਰੀ ਅਕਾਲ ਜੀ ਸਰਲਾ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਸੋਨੀ ਸਾਹਿਬ ਲੋ ਜੀ ਇਹ ਚੀਜ਼ ਦੇਖੋ ਜਿਹੜਾ ਬਹੁਤ ਪਿਆਰਾ ਕਨਸੈਪਟ ਹੈ ਇਹ ਪੂਰੀ ਇਹ ਪਲਾਜ਼ੋ ਆਏਗਾ ਸਾਰਾ ਇਹਲਾ ਬੈਲਟ ਦੇ ਉੱਤੇ ਪ੍ਰੋਪਰ ਰੇਚਨਾ ਪਲੇਟਸ ਪਈਆਂ ਹੋਣਗੀਆਂ ਸਾਰੀਆਂ ਦੇ ਵਿੱਚ ਇਹ ਲੇਟੈਸਟ ਸਟਿਚਿੰਗ ਦਾ ਪੈਟਰਨ ਹੈਗਾ ਇਹਲਾ ਨੀਚੇ ਇਹਦੇ ਵਿੱਚ ਪੂਰੇ ਪਲਾਜ਼ੋ ਉੱਤੇ ਐਮਬਰਾਇਡਰੀ ਆਏਗੀ ਸਾਰਾ ਐ ਪੋਦ ਮੋਤੀ ਹੈ ਵਾਈਟ ਕੜਦਾਨਾ ਤੇ ਪਰਲਸ ਉਸ ਕੀਤਾ ਸਾਰਾ ਇਹ ਆਪਾਂ ਜਦੋਂ ਚੱਲਾਂਗੇ ਐਸੇ ਲੁੱਕ ਆਪਾਂ ਨੂੰ ਲਹਿੰਗੇ ਦੀ ਲੁੱਕ ਆਏਗੀ ਪੀਸ ਦੀ ਦੇਖੋ ਇਸ ਤਰ੍ਹਾਂ ਪੂਰੀ ਐਮਬਰਾਇਡਰੀ ਆਏਗੀ ਫਰੰਟ ਉੱਤੇ ਬੈਕੇ ਦੀ ਪਲੇਨ ਹੁੰਦੀ ਹੈ ਫਿਰੋਜ਼ੀ ਕਲਰ ਆ ਜੀ ਪ੍ਰੋਪਰ ਫਿਰੋਜ਼ਾ ਕਲਰ ਹੁੰਦਾ ਸ਼ਰਟ ਦੇਖੋ ਤੁਸੀਂ ਜਰਾ ਜੀ ਮਤਲਬ 15 20 25000 ਖਰਚ ਕੇ ਵੀ ਆਪਾਂ ਨੂੰ ਇੰਨੀ ਵਧੀਆ ਲੁੱਕ ਨਹੀਂ ਕਈ ਵਾਰ ਮਿਲਦੀ ਪੀਸ ਦੀ ਆ ਦੇਖੋ origignal ਸਾਰਾ white ਕੰਮ ਕੀਤਾ ਆ white ਰੇਸ਼ਮ ਹੈ white ਕਰਦਾਨਾ ਮਾ ਪੋਤ ਮੋਤੀ ਹੈ origignal pearls ਹੈ ਨੀچے ਸ਼ਰਟ ਦੇ ਸਕੈਲਪਿੰਗ ਆਏਗੀ ਉੱਪਰ ਪੂਰਾ ਚਾਲ ਆਏਗਾ ਫਲਾਵਰ ਬੂਟੇ ਆਣਗੇ ਤੇ ਉੱਪਰ ਆਏਗਾ ਡਬਲ neck V ਸ਼ੇਪ neck ਆਏਗਾ ਬਾਜੂ ਫੁੱਲ ਆਣਗੇ ਦੇਖੋ ਜੀ ਫਰੰਟ ਵੀ ਔਰ ਅੱਜਕਲ ਬਾਜੂ ਨਹੀਂ ਚਲਦੇ 3/4 ਪੂਰੀ ਬਾਜੂ ਤੇ ਕੰਮ ਆਏਗਾ ਫਰੰਟ ਐਂਡ ਬੈਕ ਦੇ ਉੱਤੇ ਇਹ ਪਿਓਰ ਚਨੌਂਚ ਫੌਨ ਦੇ ਉੱਤੇ ਆ ਪਹਿਲਾ ਪੀਸ ਸੀਗਾ ਜੌਰਜਟ ਤੇ ਇਹ ਪਿਓਰ ਚਨੌਂਚ ਫੌਨ ਦੇ ਤੇ ਸਟ੍ਰੇਟ ਸ਼ਰਟ ਦੇ نیچے ਨਾਲ ਪਲਾਜ਼ੋ ਆਏਗਾ ਤੇ ਦੁਪੱਟੇ ਦੇ ਉੱਪਰ ਵੀ ਬਹੁਤ ਸੋਹਣੀ ਐਮਬ੍ਰਾਇਡਰੀ ਆ ਦੇਖੋ ਇੱਕ ਤਾਂ ਹੁੰਦੇ ਬੱਟੇ ਸਿੰਪਲ ਨਹੀਂ ਹੁੰਦੇ ਇਹ ਪੂਰੀ ਸਕੇਲਪਿੰਗ ਹੈ ਐਮਬ੍ਰਾਇਡਰੀ ਹੈ ਬੂਟੀ ਹੈ ਪਿਓਰ ਸ਼ਿਫੋਨ ਦਾ ਦੁਪੱਟਾ ਚੁਣੌਣ ਸ਼ਿਫੋਨ ਦਾ ਸ਼ਰਟ ਤੇ ਲੋਰ ਆਏਗਾ ਪੂਰਾ ਦੋ ਜੀ ਪ੍ਰਾਈਸ ਕੀ ਨਿਕਲਿਆ ਆਈਟਮ ਨੰਬਰ 2 9840 ਰੁਪਏ ਜੀ ਬਹੁਤ ਐਕਸਕਲੂਸਿਵ ਨੇ ਸਾਈਜ਼ ਆਪਾਂ ਨੂੰ ਮਿਲਣਗੇ ਰਿਤੂ ਜੀ 38 40 ਤੇ 42 ਹਾਂਜੀ ਨਾਲਾ ਦੀਦੀ ਵੀਡੀਓ ਸ਼ੇਅਰ ਕਰਦਿਆ ਕਰੋ ਰਿਤੂ ਜੀ ਸਤਿ ਸ਼੍ਰੀ ਅਕਾਲ ਜੀ ਰਿਤੂ ਜੀ ਹਾਂਜੀ ਕਮਲਵੀਰ ਜੀ ਸਤਿ ਸ਼੍ਰੀ ਅਕਾਲ ਜੀ ਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲੇਕਿਨ ਵੀਡੀਓ ਨਾਲ ਨਾਲ ਸ਼ੇਅਰ ਕਰਕੇ ਡਨ ਕਰ ਲੈਂਦੇ ਕਰੋ ਜੀ ਵੀਡੀਓ ਸ਼ੇਅਰ ਡਨ ਓਏ ਕਿਹ ਪੈਰਲਟ ਗ੍ਰੀਨ ਬਹੁਤ ਕਲਰਫੁਲ ਐਸਟੈਂਮ ਲੇਟਸ ਆ ਜੀ ਇਹਲਾ ਇਹਦੇ ਉੱਪਰ ਜਿਹੜਾ ਕੰਮ ਕੀਤਾ ਆਕਸੀਡਾਈਜ਼ ਦਾ ਕੰਮ ਕੀਤਾ ਸਾਰਾ ਐਂਟੀਕ ਕਲਰ ਦੇ ਵਿੱਚ ਨਾ نیچے ਦੇ ਵਿੱਚ ਪਲਾਜ਼ੋ ਦਾ ਲੋਰ ਬਣਿਆ ਸਾਰਾ نیچے ਲੋਰ ਦੇ ਉੱਤੇ ਸਾਰੀ ਐਮਬਰਾਇਡਰੀ ਆਏਗੀ نیچے ਪਹੁੰਚੇ ਤੇ ਐਂਟੀਕ ਹਲਕਾ ਜਿਹਾ ਦੇਖੋ ਨਾ ਹਲਕਾ ਜਿਹਾ ਕਾਪਰਿਸ਼ ਕਲਰ ਯੂਜ਼ ਕੀਤਾ ਸਾਰਾ ਇਹਦੇ ਵਿੱਚ ਇਹ ਲੋਰ ਦੇ نیچے ਪਹੁੰਚੇ ਤੇ ਐਮਬਰਾਇਡਰੀ ਆਏਗੀ ਪੂਰੀ ਫਰੰਟ ਐਂਡ ਬੈਕ ਦੇ ਵਿੱਚ ਬਹੁਤ ਐਕਚੁਅਲੀ ਉਪਰ ਫਿਟਿੰਗ ਹੁੰਦੀ ਹਲਕੀ ਜੀ نیچے ਪੂਰਾ ਫਲੇਅਰ ਹੁੰਦਾ ਹੈ ਇਹਦੇ ਵਿੱਚ ਤੇ ਸੇਮ ਕਲਰ ਦੀ ਸ਼ਰਟ ਆਏਗੀ ਇਹ ਚਨੌਨ ਅਨੇਕ ਨੂੰ نیچے ਬਾਰਡਰ ਤੇ ਸੇਮ ਕੰਮ ਆ ਗਿਆ ਯਾ। ਐਕਸਕਲੂਸਿਵ ਟੇਸਟ ਹੈ ਬਹੁਤ ਓਵਰ ਕੰਮ ਨਹੀਂ ਹੈ ਬਹੁਤ ਲਾਈਟ ਕੰਮ ਨਹੀਂ ਹੈ ਮਤਲਬ ਜਿੰਨੀ ਰਿਕੁਆਇਰਮੈਂਟ ਹੈਗੀ ਆ ਕਿਉਂਕਿ ਕਲਰ ਆਪਸ ਵਿੱਚ ਰਿਚੇ ਆਪਣੇ ਆਪ ਦੇ ਵਿੱਚ ਕਲਰ ਬਹੁਤ ਬ੍ਰਾਈਟ ਹੈ ਨੂੰ ਆਪਾਂ ਜਿਆਦਾ ਕੰਮ ਕਰ ਦੇਵਾਂਗੇ ਨਾ ਫਿਰ ਥੋੜਾ ਜਿਹਾ ਜ਼ਿਆਦਾ ਚਮਕ ਚਮਕ ਹੋ ਜੇਗੀ। ਸਿਰਫ ਘੇਰੇ ਤੇ نیچے ਪਹੁੰਚੇ ਤੇ ਲੋਰ ਦੇ ਹਲਕਾ ਜਿਹਾ ਬਾਜੂ ਉੱਪਰ ਕੁੜਤਾ ਪੱਟੀ ਨਾਲ ਇੱਕ ਬਿਲਕੁਲ ਬਰੀਕੀ ਦਾ ਕੰਮ ਦੇਖੋ ਇਸ ਤਰ੍ਹਾਂ। ਪਿਓਰ ਸ਼ਿਫੋਨ ਦੇ ਵਿੱਚ ਆ ਪੈਰਟ ਗ੍ਰੀਨ ਕਲਰ ਆ ਪ੍ਰੋਪਰ ਇਹ ਤੁਹਾਨੂੰ ਕਲਰ ਕਿਸੇ ਦੁਕਾਨਦਾਰ ਨੇ ਦਿਖਾਣਾ ਨਹੀਂ ਵਾਲੇ ਕਿਉਂਕਿ ਲੇਟੈਸਟ ਕਲਰ ਇਨ ਹੋਇਆ ਜੀ ਹਲਾ ਦੁਪੱਟੇ ਤੇ ਹਲਕੀ ਸਕੈਲਪਿੰਗ ਬੂਟੀ ਪਿਓਰ ਸ਼ਿਫੋਨ ਦੇ ਵਿੱਚ ਲੋ ਜੀ ਸਾਈਜ਼ ਹੋਈ ਠਕਤੀ 40 42 ਮੰਨ ਲੇ ਜੀ ਆਈਟਮ ਨੰਬਰ ਆ ਜੀ ਦੀ ਵੀਡੀਓ ਦੇ ਤਿੰਨ ਨੰਬਰ ਪ੍ਰਾਈਸ ਦਾ ਪਾਏਗਾ 9320 ਰੁਪਏ ਤੁਸੀਂ ਸਾਨੂੰ ਸਿਰਫ ਚੈਸਟ ਵੇਸਟ ਤੇ हिਪ ਦਾ ਸਾਈਜ਼ ਦੇਣਾ ਵਾ ਜੇ ਤੁਹਾਡਾ ਨਾਰਮਲ ਸਟੈਂਡਰਡ ਸਾਈਜ਼ ਆਗਾ ਲੈਂਥ ਤੁਹਾਡੀ ਫਿਰ ਤਾਂ ਤੁਹਾਨੂੰ ਲੋਅਰ ਦੀ ਲੈਂਥ ਦੇਣ ਦੀ ਲੋੜ ਨਹੀਂ ਕਿ ਤੁਹਾਡੀ ਹਾਈਟ ਛੋਟੀ ਵੱਡੀ ਆ ਫਿਰ ਤੁਹਾਨੂੰ ਲੋਅ ਉਹ ਤੁਹਾਨੂੰ ਅਸੀਂ ਐਡਜਸਟ ਕਰਾ ਕੇ ਭੇਜਾਂਗੇ froji second ਅਰਜਨ ਸੈਕੰਡ ਨੰਬਰ ਦੀ ਸ਼ਰਟ ਫਰੰਟ ਹੋਰ ਇਹਦੀ ਇਹਦੇ ਨੰਬਰ ਤੇ ਗੱਲ ਕਰ ਲੈਣਾ ਬਾਅਦ ਚ ਕੋਈ ਗੱਲ ਨਹੀਂ ਇੱਕ ਹੈ ਲਾਈਟ ਪਿਸਤਾ ਕਲਰ ਦੇ ਵਿੱਚ ਆਈਟਮ ਆਏਗੀ ਇਹ ਚਨੋਂਟ ਫੋਂਦਾ نیچے ਪਲਾਜ਼ੋ ਆਏਗਾ ਇਹ ਨਾਲ ਐ ਉੱਪਰ ਆਏਗੀ ਸ਼ਰਟ ਇਹਦੀ ਸਾਈਡਾਂ ਉੱਤੇ ਪੈਨਲ ਦਿੱਤਾ ਹੈ ਇਹ ਵਿੱਚ ਕੰਮ ਤੁਸੀਂ ਪਹਿਲਾਂ ਲੁੱਕ ਦੇਖੋ ਪੀਸ ਦੀ ਜੀ ਇਹ ਸਾਡੇ ਕੋਲ ਦੂਜੀ ਵਾਰ ਆ ਕੇ ਵਿਕ ਰਿਹਾ ਮਾਲ ਦੇਖੋ ਜਿਹੜੀ ਸੋਹਣੀ ਚੀਜ਼ ਹੈ ਉਸਾਨੂੰ ਵੀ ਰਿਪੀਟ ਕਰਨੀ ਪੈਂਦੀ ਆ ਠੀਕ ਹੈ ਨਾ ਜੀ ਕਿਉਂਕਿ ਕਈ ਕਸਟਮਰ ਦੇ ਆਰਡਰ ਵੀ ਪੈਂਡਿੰਗ ਹੁੰਦੇ ਨੇ ਇੱਥੋਂ ਨੀਚੇ ਬਿਲਕੁਲ ਬਰੀਕ ਜਿਹਾ ਸਕੈਲਪਿੰਗ ਘੇਰਾ ਦਿੱਤਾ ਇਹ ਸਾਈਡ ਤੇ ਪੂਰੀ ਐਮਬਰਾਇਡਰੀ ਆਏਗੀ ਪੂਰਾ ਬੂਟਾ ਬਣਿਆ ਦੇਖੋ ਇਹ ਚ ਘਟਦਾਣਾ ਹਲਕਾ ਜਿਹਾ ਲਾਈਟ ਸੀਕੁਐਂਸ ਦਾ ਇਹ ਪੂਰੀ ਵਨ ਸਾਈਡ ਤੋਂ ਸ਼ੁਰੂ ਹੋ ਕੇ ਉੱਪਰ ਸ਼ੋਲਡਰ ਤੱਕ ਜਾਏਗੀ ਐਮਬਰਾਇਡਰੀ ਇਸ ਦਾ ਹਲਕਾ ਜਿਹਾ ਉੱਪਰ ਰਾਉਂਡਿੰਗ ਨੈਕ ਆ ਜਾਏਗਾ ਬਾਜੂ ਸਾਈਡ ਤੇ ਗਣੀ ਬਟੇ ਇਸ ਤਰੀਕੇ ਦੂਜੀ ਸਾਈਡ ਤੋਂ ਆ ਜਾਏਗਾ ਸਾਰਾ ਇਸ ਤਰ੍ਹਾਂ ਨੀਚੇ ਤੋਂ ਲੈ ਕੇ ਉੱਪਰ ਤੱਕ ਇਹ ਬਾਜੂ ਸ਼ੋਲਡਰ ਤੋਂ ਕਮ ਬਹੁਤ ਐਕਸਕਲੂਸਿਵ ਲਾਈਟ ਜਾਂ ਪਿਸਤਾ ਬਲੂ ਜਿਹੇ ਕਲਰ ਨਾਲ ਦੁਪੱਟਾ ਬਹੁਤ ਪਿਆਰਾ ਹੀ ਲੱਗਾ ਇਹ ਦੁਪੱਟਾ ਹੈਗਾ ਪਿਓਰ ਸ਼ਿਫੋਨ ਦਾ ਹਲਕੀ ਜਿਹੀ ਨਾਲ ਲਾਂ ਸਕੈਲਪਿੰਗ ਹੈ ਇਕਦਮ ਯੂਨੀਕ ਤੁਹਾਨੂੰ ਪੀਸ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਨਵੇਂ ਕਨਸੈਪਟ ਨੇ ਪਿਓਰ ਚਨਾਉਨ ਸ਼ਿਫੋਨ ਦੇ ਉੱਤੇ ਦੇਖੋ ਜੀ ਪ੍ਰਾਈਸ ਕੀ ਸਿਰਫ 8030 ਦੀ ਰੇਟ ਨਿਕਲਿਆ ਦਾ ਫੁੱਲੀ ਸਟਿਚ ਕਨਸੈਪਟ ਹੈ ਸਾਈਜ਼ 38 40 42 ਆਪਾਂ ਨੂੰ ਮਿਲਣਗੇ ਇਹੋ ਜੀ ਪੀਕਾਕ ਫਰੋਜ਼ੀ ਦੇ ਵਿੱਚ ਵੀ ਆ ਗਿਆ ਇਹ ਉਹਦੇ ਜਿਹੜਾ ਵਾਲਾ ਗ੍ਰੀਨ ਵਾਲੇ ਜਿਹੜਾ ਆਹ ਜੀ ਦੇਖੋ ਦੋ ਕਲਰ ਅਸੀਂ ਤਾਂ ਦੋਨੇ ਦਿਖਾ ਰਿਆ ਨਾਲ ਨਾਲ ਜੀ ਆਪਾਂ ਰੱਖ ਕੇ ਕਰਨੇ ਕੀ ਨੇ ਠੀਕ ਹੈ ਜੀ ਅਸੀਂ ਕਰਾ ਪਾਣੇ ਨੇ ਇਹ ਉੱਚ ਆ ਗਿਆ ਇੱਕ ਪੀਕੋ ਗ੍ਰੀਨ ਕਲਰ ਆ ਗਿਆ ਉਹ ਜੀ ਜਿਵੇਂ ਰਾਮਾ ਗ੍ਰੀਨ ਵੀ ਆਪਾਂ ਕਹਿ ਦਿੰਨੇ ਆ ਨਾ ਇਹ ਪੈਰਟ ਗ੍ਰੀਨ ਦੇ ਵਿੱਚ ਹੀ ਹੈ ਜੀ ਇਹਲਾ ਸੇਮ ਹਲਕਾ ਜਿਹਾ ਐਂਟੀਕ ਆਕਸੀਡਾਈਜ਼ ਸੀਕੁਐਂਸ ਦੇ ਕੇ ਕੜਦਾਨਾ ਦੇ ਕੇ نیچے ਲੋਰ ਤੇ ਬਾਟਮ ਤੇ ਕੰਮ ਆਏਗਾ ਸ਼ਰਟ ਦਾ ਹਲਕਾ ਜਿਹਾ ਕੇਰਾ ਆਏਗਾ ਇਹਦੇ ਵਿੱਚ ਬ੍ਰਾਈਟ ਚਾਟ ਆਇਆ ਮੋਸਲੀ ਨਾ ਪੇਸਟਲ ਰੰਗ ਦੇ ਵਿੱਚ ਬ੍ਰਾਈਟ ਚਾਟ ਆਇਆ ਜੀ ਇਹਲਾ ਉੱਪਰ ਕੁੜਤਾ ਪੱਟੀ ਨੈੱਕ ਆ ਗਿਆ ਹਲਕੇ ਜਿਹੇ ਬਟਨ ਦਿੱਤੇ ਨੇ ਫੈਂਸੀ ਬਾਜ਼ੂ ਫੁੱਲਣਗੇ ਤੇ ਦੁਪੱਟਾ ਖੁੱਲ ਘਟੇ ਜਾ ਦੁਪੱਟਾ ਪਿਓਰ ਸ਼ਿਫੋਨ ਦਾ ਚਾਰੇ ਪਾਸੇ ਹਲਕੀ ਹਲਕੀ ਸਕੈਲਪਿੰਗ ਆਏਗੀ ਦੋ ਜੀ ਪ੍ਰਾਈਸ ਵੇਟੇ ਕੀਨੇ ਕੇ ਲਈ ਆਈਟਮ ਨੰਬਰ ਆਈ ਦੀ ਵੀਡੀਓ ਦੀ ਪੰਜ ਆ ਤੇ ਪ੍ਰਾਈਸ ਪਵੇਗਾ ਆਪਾਂ ਨੂੰ 9320 ਰੁਪਏ ਸਿਰਫ ਨੌਜੀ ਕਿਹ ਕਤੋਤੀ ਸਰਵਾਰ ਦੇ ਵਿੱਚ ਆਈਟਮ ਆਈ ਹੈ ਸਾਰੇ ਟੋਟਲ ਨਵੇਂ ਆਰਟੀਕਲ ਨੇ ਜਲੇ ਉਹਨੂੰ ਗਾਗ ਨੂੰ ਫੋਨ ਦਵਾਰਾ ਲਾ ਲਈਏ ਰੋ ਜੀ ਰੱਖੇ ਤੇ ਰਿਸ ਇਹ ਨਹੀਂ ਚੀ ਟਿਊਲਿਪਸ ਆਏਗਾ ਜਿਦਾਂ 33 ਸਲਵਾਰ ਆ ਸਾਰੀ ਇਸ ਤਰ੍ਹਾਂ ਹੀ ਇਹਦੇ ਤੇ ਸਾਰਾ ਇੱਤਾ ਲੇਸੀਜ਼ ਗੋਟੇ ਦੀਆਂ ਨੇ ਗੋਟੇ ਪੱਤੀ ਦੀ ਐਮਬਰਾਇਡਰੀ ਹੈ ओरिजिनल ਗੋਟਾ ਪੱਤੀ ਲੱਗਿਆ ਆ ਨਾਲ ਨਾਲ ਸ਼ੀਸ਼ੇ ਦੀ ਬੂਟੀ ਬਣੀ ਆ ਤਿੰਨ ਬੂਟੀ ਸ਼ੀਸ਼ਾ ਬਣੀ ਸਾਰੀ ਇਸ ਤਰ੍ਹਾਂ ਇਹ ਟਿਊਲਿਪਸ ਵੀ ਆਪਾਂ ਕਹਿ ਦਨੇ ਆ 33 ਸਲਵਾਰ ਵੀ ਕਹਿ ਦਨੇ ਆ ਨੂੰ ਜੀ ਤੇ ਨਾਲ ਇਹ ਰਹਿ ਗਈ ਅਨਾਰਕਲੀ ਸ਼ਾਰਟ ਦੇ ਵਿੱਚ ਅੱਜ ਕੱਲ੍ਹ ਨੂੰ ਜਿਵੇਂ ਕੁੜੀਆਂ ਨੂੰ ਹਲਕੇ ਹਲਕੇ ਪਾਏ ਬਹੁਤ ਸੋਹਣੇ ਲੱਗਦੇ ਪੀਸ ਗੱਟਪ ਦੇਖੋ ਤੁਸੀਂ ਪੀਸ ਜੀ ਅਸੀਂ ਕਿਸੇ ਨੂੰ ਕਹੀਏ ਨਾ ਪੀਸ 15000 ਰੁਪਏ ਦਾ ਲਾਗਨੇ ਤਾਂ ਵੀ ਗਣਾ ਵੀ ਪੈਕ ਕਰਦੇ ਭਾਜੀ ਕਿ ਪੂਰੀ ਸ਼ਰਟ ਤੇ ਫਰੰਟ ਤੇ ਬਾਰਡਰ ਹੈ ਬੈਕ ਤੇ ਲਾਈਟ ਬਾਰਡਰ ਹੈ ਵਿੱਚ ਹਰ ਕਲੀ ਦੇ ਵਿੱਚ ਇੱਕ ਬੂਟਾ ਦਿੱਤਾ ਹੋਇਆ ਟੋਟਲ ਸਾਰਾ ਹੈਂਡਵਰਕ ਹੈ ਇਹ ਕੰਮ ਦੇਖੋ ਸਾਰਾ origignal ਕੱਚੇ ਗੋਟੇ ਦਾ ਕੰਮ ਹੈ ਨਾਲ ਨਾਲ ਸ਼ੀਸ਼ੇ ਦਾ ਕੰਮ ਹੈ ਨਾਲ ਲੈਦਰ ਪੱਤੀ ਹੈ ਹਲਕਲਕਾ ਨੋਟ ਦਾ ਕੰਮ ਕੀਤਾ ਹੋਇਆ ਸਾਰੀ ਐਮਬਰਾਇਡਰੀਆ ਮਤਲਬ ਖਰਾਬ ਹੋਣ ਵਾਲਾ ਕੋਈ ਵੀ ਕੰਮ ਨਹੀਂ ਹੈ ਇਹ ਕੋਈ ਗੂੰਦ ਨਾਲ ਚਪਕਾਇਆ ਨਹੀਂ ਹੋਇਆ ਸਾਰੀ ਐਮਬਰਾਇਡਰੀ ਹੈ ਫਿਰ ਉੱਪਰ neck ਸੈਟਿੰਗ ਦੇਖੋ ਕਿੰਨੀ ਪਿਆਰੀ ਹੈ ਇਹਦੇ ਵਿੱਚ ਇਹ ਸਿਰਫ ਇਸ ਚੈਸਟ ਤੇ بیس ਦਾ ਸਾਈਜ਼ ਜਣਾ ਬਾਕੀ ਹਿਪ ਤੋਂ ਕਿਉਂਕਿ ਲੂਸ ਹੁੰਦਾ ਵਾ ਤੇ ਦੁਪੱਟਾ ਨਾਲ ਇਹਦੇ ਹੈਗਾ ਸੇਮ ਕਲਰ ਦਾ ਦੁਪੱਟਾ ਚਾਰੇ ਪਾਸੇ ਬਹੁਤ ਹੀ ਪਿਆਰਾ ਬਾਰਡਰ ਹੈ ਨਾਲ ਇਹਦੇ ਵਿੱਚ ਬਹੁਤ ਸੋਹਣੀ ਗੋਟੇ ਦੀ ਸਟਿੰਗ ਕੀਤੀ ਹੈ ਵੀ ਛਲਕੀ ਛਲਕੀ ਬੂਟੀ ਦਿੱਤੀ ਹੈ ਪ੍ਰੋਪਰ ਇੱਕ ਗਾਜ਼ਰੀ ਪਿੰਕ ਕਲਰ ਹੈ ਜੀ ਇਹਦਾ ਹਾਂਜੀ ਆਈਟਮ ਨੰਬਰ 6 ਪ੍ਰਾਈਸ ਪਵੇਗਾ 9140 ਰੁਪਏ ਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਨੂਜ ਜੀ ਸਤਿ ਸ਼੍ਰੀ ਅਕਾਲ ਜੀ ਅਨਿਲ ਸ਼ਰਮਾ ਜੀ ਤੁਸੀਂ ਵੀ ਜਿਹੜਾ ਵੀਡੀਓ ਸ਼ੇਅਰ ਕਰ ਦਿਆ ਕਰੋ ਪਲੀਜ਼ ਨਾਲ-ਨਾਲ ਤੇ ਮੜਾ ਲਿਖ ਦਿਆ ਕਰੋ ਜੀ ਵੀਡੀਓ ਡਨ ਸ਼ੇਅਰ ਡਨ ਕਰਤਾ ਠੀਕ ਹੈ ਨਾ ਜੀ ਥੈਂਕ ਯੂ ਜੀ ਬੜੀ ਮਿਹਰਬਾਨੀ ਲਓ ਜੀ ਇੱਕ ਮਸਟਰ ਇਹ ਵੀ ਟਿਊਲਿਪਸ ਆਇਕੀ ਨੀਚੇ ਜੀ ਬਹੁਤ ਐਕਸਕਲੂਸਿਵ ਪੀਸ ਨੇ yellow mustard color ਹੈ ਇਹਲਾ ਇੱਕ ਹੁੰਦਾ ਨਾ yellow ਥੋੜਾ ਜਿਹਾ ਤਿੱਖਾ ਰੰਗ ਹੋ ਜਾਂਦਾ ਜਾਂ mustard dark ਹੋ ਜਾਂਦਾ ਇਹ ਪ੍ਰੋਪਰ ਥੋੜਾ ਜਿਹਾ ਜਿਵੇਂ ਸੀਜ਼ਨ ਦੇ ਵਿੱਚ ਪ੍ਰੋਪਰ ਮੰਗੇਓ ਆਂਦੇ ਨਾ ਇਹ ਮੰਗੇਓ ਸ਼ੇਡ ਆ ਇਹਲਾ ਮੈਜੈਂਟਾ ਕਲਰ ਦਾ ਬਾਰਡਰ ਦੇਖੋ ਤੇ ਸੇਮ ਡੋਰੀ ਦਾ ਲੈਦਰ ਪੱਤੀ ਦਾ ਗੋਟੇ ਦਾ ਤੇ ਸ਼ੀਸ਼ੇ ਦਾ ਕੰਮ ਆਏਗਾ ਪਤਰਾ ਸ਼ੀਸ਼ਾ ਲੱਗੇ ਇਹਲਾ ਤੇ ਇਹ ਉੱਪਰ ਆਏਗਾ ਸ਼ਾਰਟ ਅਨਾਰਕਲ ਇਹਲਾ ਨੋਰਮਲ ਲੈਂਥ ਹੁੰਦੀ ਹੈ 36 37 38 ਦੇ ਅਸਪਾਸ ਦੇ ਰਹਿੰਦੀ ਹਾਂਜੀ 33 ਸਲਵਾਰ ਨਾਲ ਬਹੁਤ ਹੀ ਸੋਹਣੇ ਲੱਗਦੇ ਨੇ ਪਾਏ ਦੇਖੋ ਇਹ देखो नीचे पहला पूरा मजेंटा बॉर्डर ਦਿੱਤਾ। नीचे ਗੋਟੇ ਦੀ ਸ਼ਟਰਿੰਗ ਕਰਤੀ ਹੈ ਹਲਕਾ ਹਲਕਾ ਗੋਟੇ ਦੀ ਬੂਟੀ ਦੇਤੀ। ਇਹ ਲੈਦਰ ਦਾ ਡੋਰੀ ਦਾ ਸਕੈਲਪਿੰਗ ਦਾ। ਉੱਪਰ neck ਆ ਬੈਕ ਉੱਤੇ ਵੀ ਸੇਮ ਬਾਰਡਰ ਇਹਦੇ ਵਿੱਚ। ਇਹ ਚੀਜ਼ਾਂ ਨੇ ਬਹੁਤ ਐਕਸਕਲੂਸਿਵ ਜਿਹੀਆਂ। ਬਹੁਤ ਹੀ ਸੁਪਰ ਦਵੱਟਾ ਕੋਲ ਬਟੇ ਇਹਦਾ ਕੰਟਰਾਸਟ ਦਵੱਟਾ ਜੀ। ਪੁਰਾਤਿਕ ਤਾਂ ਪਹਿਲਾਂ ਤਾਂ yellow ਕਦਰ ਦਾ ਬਾਰਡਰ ਦਿੱਤਾ ਡੋਰੀ ਐਮਬਰਾਇਡਰੀ ਨਾਲ ਫਿਰ ਲੈਦਰ ਪੱਤੀ ਸੈੱਟ ਕਰਤੀ ਗੋਟੇ ਨਾਲ। ਫਿਰ ਚਾਰੇ ਪਾਸੇ ਗੋਟਾ ਲਾਤਾ ਇਹਦੇ ਵਿੱਚ। ਠੀਕ ਹੈ ਜੀ ਆਹ ਲੁੱਕ ਆਏਗੀ ਪੂਰੇ ਕਨਸੈਪਟ ਦੀ। ਤੇ ਪ੍ਰਾਈਸ ਦੇ ਬੜੇ ਸਾਈਜ਼ ਹੋਈ ਜੀ 38 42 ਅਨੂ ਜੀ ਸਤਿ ਸ੍ਰੀ ਅਕਾਲ ਜੀ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਜੀ ਹਰਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ ਪ੍ਰੀਤੀ ਸਿੱਠੀ ਸਤਿ ਸ੍ਰੀ ਅਕਾਲ ਆਈਟਮ ਨੰਬਰ 7 ਪ੍ਰਾਈਸ ਪਵੇਗਾ 9300 ਰੁਪਏ ਜੀ ਦੇਖੋ ਅਸੀਂ ਤੁਹਾਡਾ ਬਹੁਤਾ ਟਾਈਮ ਨਹੀਂ ਲਾਂਦੇ ਤੁਹਾਨੂੰ ਫਟਾਫਟ ਚੀਜ਼ਾਂ ਦਿਖਾਈ ਦਿਆਂ ਨੇ ਲੇਕਿਨ ਐਕਸਕਲੂਸਿਵ ਦਿਖਾਈ ਦਿਆਂ ਕਿਉਂਕਿ ਅੱਜ ਕੱਲ ਪਤਾ ਵੀ ਸਾਰਿਆਂ ਕੋਲ ਟਾਈਮ ਘੱਟ ਹੁੰਦਾ ਜੀ ਹੁਣ ਜਿਹੜੇ ਚਲੋ ਅਸੀਂ ਤਾਂ ਸ਼ਾਮਾਂ ਨੂੰ ਘਰ ਆ ਜਾਣਾ ਤੁਸੀਂ ਬਾਹਰ ਜਿਹੜੇ ਬੰਦੇ ਬੈਠੇ ਹੋ ਕੈਨੇਡਾ ਯੂ ਐਸ ਏ ਉਹਨਾਂ ਨੇ ਕੰਮ ਤੇ ਆਣਾ ਠੀਕ ਹੈ ਨਾ ਲੱਗਦਾ ਵੀ ਜਲਦੀ ਜਲਦੀ ਦੇਖ ਕੇ ਆਰਡਰ ਕਰਕੇ ਨਾਲ ਕੰਮ ਤੇ ਪਹੁੰਚੀਏ ਕਿਉਂਕਿ ਕੰਮ ਵੀ ਕਰਨਾ ਹੀ ਪੈਣਾ ਭਾਜੀ ਕਿਉਂ ਜੀ ਲੋ ਜੀ ਇਹ ਪਲਾਜ਼ੋ ਆਏਗਾ ਕਲੀਆਂ ਵਾਲਾ ਉਹਦੇ ਤੇ نیچے ਪੂਰੀ embroiderry ਹੈ ਇਹਦੇ ਵਿੱਚ ਰੇਸ਼ਮ ਦਾ ਕੰਮ ਕੀਤਾ ਪੀਚ ਕਲਰ ਦਾ ਪਿੰਕ ਕਲਰ ਦਾ ਤੇ ਮਸਟਰਡ ਕਲਰ ਦਾ ਕੰਮ ਤੋਂ ਬਿਨਾਂ ਬੇਟੇ ਗੱਲਬਾਤ ਨਹੀਂ ਬੰਦ ਆ ਨੀਚੇ ਸ਼ਰਟ ਦੇਖੋ ਅਨਾਰਕਲੀ ਹਰ ਕਲੀ ਦੇ ਵਿੱਚ ਡਬਲ ਲੈਵਲ embroiderry ਹੈ ਇੱਕ ਕਲੀ ਦੇ ਵਿੱਚ ਸੈਂਟਰ 'ਚ embroiderry ਹੈ ਇੱਕ ਜਿੱਥੇ ਜੋਇੰਟ ਆ ਉੱਥੇ embroiderry ਹੈ ਨੀਚੇ ਪੂਰਾ ਹੈਵੀ ਫਲੇਅਰ ਆਏਗਾ ਸਾਰਾ ਇਹਦੇ ਵਿੱਚ ਉੱਪਰ ਰਾਉਂਡਿੰਗ ਕੁਰਤਾ ਪੱਟੀ neck ਆ ਕੇ ਬਣੇ ਬੈਕ ਵੀ ਕਮਾ ਲਓ ਜਿਹੜਾ ਸੇਮ ਨਾਲ ਬੈਕ ਤੇ ਕਲੀਆਂ ਵੀ نیچے ਬਾਰਡਰ ਵੀ ਇਹ ਪ੍ਰੋਪਰ ਰਾਮਾ ਗ੍ਰੀਨ ਕਲਰ ਆਈ ਹੈਲਾ ਰਾਮਾ ਗ੍ਰੀਨ ਜਿੱਦਾਂ ਹੁੰਦਾ ਨਾ ਕਲਰ ਉਹਦੇ ਦਾ ਦੁਪੱਟਾ ਵੀ ਬਹੁਤ ਪਿਆਰਾ ਹੈ ਦੁਪੱਟਾ ਵੀ ਨਾਲ ਇਹਦੇ 4 ਸਾਈਡ ਬਣਿਆ ਦੁਪੱਟਾ ਸਾਰਾ ਇਹਦੇ ਆਹੀ ਨਹੀਂ ਇਸ ਲਈ ਹਾਂ ਆ ਕੇ ਦੇ ਦਿੱਤਾ ਨਹੀਂ ਨਹੀਂ ਨਾਲ ਦੁਪੱਟਾ ਫੋਰ ਸਾਈਡ ਆ ਆਈਟਮ ਨੰਬਰ ਆਈ ਦੀ ਵੀਡੀਓ ਦੀ 8 ਹੈ ਤੇ ਪ੍ਰਾਈਸ ਪੈਗਾ ਆਪਾਂ ਨੂੰ 10850 ਭਈਏ ਜੀ 10850 ਚਲੋ OK ਜੀ ਜੀਸਾ ਦੇਖੋ ਇੱਕ ਸ਼ਿਮਰ ਦੇ ਵਿੱਚ ਆਈਟਮ ਹੋਰ ਆ ਗਈ ਜੀ ਵੀ ਟਿਊਲਿਪਸ ਦੇ ਵਿੱਚ ਆਈਟਮ ਆਈ ਹੈ ਬਹੁਤ ਐਕਸਕਲੂਸਿਵ ਚੀਜ਼ਾਂ ਸਾਰੀਆਂ ਦੇਖੋ ਜੀ ਤੋਤੀ ਸਲਵਾਰ ਦੇ ਵਿੱਚ ਹੀ ਅੱਜ ਕੱਲ ਨਾ ਕੁੜੀਆਂ ਮਤਲਬ ਪਤਲੀਆਂ ਪਤਲੀਆਂ ਕੁੜੀਆਂ ਨੇ ਇਹਨਾਂ ਨੂੰ ਪਾਈਆਂ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਅੱਜ ਕੱਲ ਨਾ ਵੈਸੇ ਸਾਰੇ ਇੱਥੇ ਇੰਡੀਆ ਜਿੱਦਾਂ ਵੈਸੇ ਸਾਰੇ ਗਰਲਜ਼ ਨੇ ਇੱਕ ਤਰ੍ਹਾਂ ਦੇ ਐਸੀ ਗੱਲ ਨਹੀਂ ਕੋਈ ਵੀ ਪਾ ਸਕਦਾ ਇਹ نیچے ਸਾਰਾ ਦੇਖੋ ਪਹੁੰਚੇ ਤੇ ਕੰਮ ਆਏਗਾ ਇਹ ਡੋਰੀ ਦਾ ਕੰਮ ਆਗਾ ਪੀਚ ਕਲਰ ਦਾ ਪੈਚ ਦਿੱਤਾ ਫਲਾਵਰ ਤੇ ਗਾਜ਼ਰੀ ਕਲਰ ਦਾ ਸੈਂਟਰ ਬਾਰਡਰ ਦਿੱਤਾ ਹੋਇਆ ਇਹ ਸ਼ਿਮਰ ਦੇ ਉੱਤੇ ਆਈਟਮ ਆਈ ਕਿ ਬਣ ਕੇ ਨਾਲ ਆਏਗੀ ਇਹਦੇ ਵਿੱਚ ਅਨਾਰਕਲੀ ਨੋਰਮਲ ਲੈਂਥ ਦੇ ਆਸ-ਪਾਸ ਤਕਰੀਬਨ 38 ਦੇ ਆਸ-ਪਾਸ ਲੈਂਥ ਹੋਏਗੀ ਮੇਰੇ ਖਿਆਲ ਦੇ ਜੀ ਜਿਹੜਾ ਬੇਸ نیچے ਆਇਆ ਸ਼ਿਮਰ ਬੂਟੀ ਵਾਲਾ ਫੈਬਰਿਕ ਆ ਗਿਆ ਬਨਾਰਸੀ ਉਹਦੇ ਉੱਪਰ ਪੂਰਾ ਹੈਵੀ ਬਾਰਡਰ ਆਏਗਾ ਦੇਖੋ ਜੀ ਰਸਤਾ ਜੀ نیچے ਪਹਿਲਾਂ ਗੋਟਾ ਦਿੱਤਾ ਫਿਰ ਪੈਚਿੰਗ ਆ ਗਈ ਸ਼ੀਸ਼ੇ ਦਾ ਕੰਮ ਆ ਗਿਆ ਫਿਰ ਡੋਰੀ ਦਾ ਕੰਮ ਆ ਗਿਆ ਆ ਸਾਰਾ ਇਹ ਚੈੱਕ ਦੇ ਕੇ ਪੂਰਾ ਟੋਟਲ ਹੈਵੀ ਕੰਮ ਆਏਗਾ ਇਹ ਚ ਉੱਪਰ ਹਰ ਕਲੀ ਦੇ ਵਿੱਚ embroidery ਹੈ ਉੱਪਰ ਹੈਵੀ ਨੈੱਕ ਆਏਗਾ ਤੇ ਬੈਕ ਉੱਤੇ ਵੀ ਨਾਲ ਪ੍ਰੋਪਰ ਬਾਰਡਰ ਦਿੱਤਾ ਬਨਾਰਸੀ ਵਿੱਚ ਫੈਬਰਿਕ ਕਲੀ ਲਾਈਟ ਬਾਰਡਰ ਬੈਕ ਤੇ ਤੇ ਦੁਪੱਟਾ ਇਹਦਾ ਕੰਟਰਾਸਟ ਦਿੱਤਾ ਨਾਲ ਇਹਦੇ ਜੀ ਬਹੁਤ ਐਕਸਕਲੂਸਿਵ ਹੈ ਦੁਪੱਟਾ ਹੈਗਾ ਨਾਲੇ ਵਿੱਚ ਪਿਓਰ ਜੌਰਜਟ ਔਰ ਗਾਂਦਾ ਦਾ ਦੁਪੱਟਾ ਹੀ ਬਹੁਤ ਪਿਆਰਾ ਜਿਵੇਂ ਆਪਾਂ ਸ਼ਗਨ ਵਾਲਾ ਕੰਮ ਕਰਨਾ ਨਾ ਕੋਈ ਖਾਲੀ ਦੁਪੱਟਾ ਹੀ ਆਪਾਂ ਸ਼ਗਨ ਵਾਸਤੇ ਯੂਜ਼ ਕਰ ਸਕਦੇ ਹਾਂ ਬਹੁਤ ਪਿਆਰਾ ਕਲਰ ਹੈ ਇਹ ਲਓ ਇਹ ਨਾਲ ਦੁਪੱਟਾ ਫੋਰ ਸਾਈਡ ਹੈਗਾ ਆਈਟਮ ਨੰਬਰ ਅੱਜ ਦੀ ਵੀਡੀਓ ਦੀ 9 ਹੈ ਪ੍ਰਾਈਸ ਪੈਗਾ 10090 70 ਰੁਪਏ ਜੀ 10070 ਹਾਂਜੀ ਸਸੀ ਕਾਕ ਜੀ ਸੋਪਤੀ ਸਸਕਾਲ ਜੀ ਅਰਜੀਤ ਸਸਕਾਲ ਜੀ ਕੁਲਵਿੰਦਰ ਕੌਰ ਜੀ ਸਸਕਾਲ ਜੀ ਅਮਿਤ ਢੰਡ ਦੇ ਸਸਕਾਲ ਜੀ ਗੁਰਵੀਨ ਕਲਸੀ ਸਾਹਿਬ ਸਸਕਾਲ ਜੀ ਇਹਦੀ ਵੀਡੀਓ ਸਾਰੇ ਸ਼ੇਅਰ ਕਰਿਆ ਕਰੋ ਸਿਰਫ ਇੱਕ ਬਟਨ ਦਬਣਾ ਹੁੰਦਾ ਤਾਂ ਬਹੁਤਾਂ ਲੰਮਾ ਜਿਹੋੜਾ ਕੰਮ ਨਹੀਂ ਹੁੰਦਾ ਇਹ ਚ ਲਓ ਜੀ ਅ ਵੀ ਨੀਚੇ ਕਲੀਆਂ ਵਾਲਾ ਪਲਾਜ਼ੋ ਆਏਗਾ ਦੇਖੋ ਜੀ ਨੀਚੇ ਪਹਿਲਾਂ ਗ੍ਰੀਨ ਕਲਰ ਆ ਗਿਆ ਸਾਰਾ ਨਾ ਇਹ ਐਮਬਰਾਇਡਰੀ ਕੀਤੀ ਨੀਚੇ ਜੀ ਹੈ ਕਪੜਾ ਇਹੀ ਹੈ ਮਸਟਰਡ ਕਲਰ ਨੀਚੇ ਉਹਦੇ ਤੇ ਐਮਬਰਾਇਡਰੀ ਇੰਨੀ ਕਰਤੀ ਕਿ ਆਪਾਂ ਨੂੰ ਨੀਚੇ ਕਪੜਾ ਨਜ਼ਰ ਨਹੀਂ ਆਂਦਾ ਗ੍ਰੀਨ ਕਲਰ ਕਰਤਾ ਪੂਰਾ ਐਮਬਰਾਇਡਰੀ ਆ ਦੇਖੋ ਉਦੇ ਉੱਪਰ yellow color ਦੀ embroidery ਕਰਤੀ ਫਿਰ ਉਹਦੇ ਵਿੱਚ peach color ਦੀ embroidery ਕਰਤੀ ਫਿਰ ਉੱਪਰ ਐਕਸਟਰਾ ਫਿਰ ਬੂਟਾ ਕਰਤਾ ਰੇਸ਼ਮ ਦਾ ਵਿੱਚ ਇਹ ਸਾਰਾ ਸਕੈਲਪਿੰਗ ਲੁੱਕ ਦੇ ਵਿੱਚ ਆਏਗਾ نیچے ਪਲਾਜ਼ੋ ਕਲੀਆਂ ਵਾਲਾ ਆਏਗਾ ਉੱਪਰ ਅਨਾਰਕਲੀ ਇਹਦੇ ਵਿੱਚ ਇੱਕ ਕਲੀ ਆਏਗੀ ਫਿਰੋਜ਼ੀ ਇੱਕ ਕਲੀ ਆਏਗੀ yellow mustard ਇਦਾਂ ਹੀ ਸੇਮ ਬੈਕ ਐਜ਼ ਜਿੱਦਾਂ ਫਰੰਟ ਹੈ ਇਧਰੋਂ ਕਲੀ ਸ਼ੁਰੂ ਹੋਏਗੀ yellow ਫਿਰ ਫਿਰੋਜ਼ੀ ਫਿਰ yellow ਫਿਰ ਫਿਰੋਜ਼ੀ ਫਿਰ yellow ਫਿਰ ਫਿਰੋਜ਼ੀ ਇਦਾਂ ਹੀ ਬੈਕ ਤੋਂ ਸ਼ੁਰੂ ਹੋ ਜਾਏਗੀ ਦੁਪੱਟਾ ਆਏਗਾ ਕੰਟਰਾਸਟ ਕਿਉਂਕਿ ਮਸਟਰਡ ਲੋਰ ਦੇਤੀ ਦੋ ਕਲਰ ਦੀ ਸ਼ਰਟ ਆ ਗਈ ਤੇ ਇੱਕ ਕਲਰ ਦਾ ਨਾਲ ਦੁਪੱਟਾ ਆ ਗਿਆ ਕੰਟਰਾਸਟ ਚਾਰੇ ਪਾਸੇ ਬਾਰਡਰ ਦੇ ਵਿੱਚ ਯਸਮੀਨ ਯਸਮੀਨ ਕੋਰੀ ਸਤਿਕਾਰ ਜੀ ਸਤਵਿੰਦਰ ਜੀ ਸਤਿਕਾਰ ਜੀ ਆਈਟਮ ਨੰਬਰ 10 ਤੇ ਪ੍ਰਾਈਸ ਪਵੇਗਾ 1070 ਰੁਪਈਆ ਜੀ ਲੋ ਜੀ ਕਿਆ ਦੇਖੋ ਮੈਟੈਲਿਕ ਕਲਰ ਦੇ ਵਿੱਚ ਆਈਟਮ ਆਈ ਹੈ ਇਹ ਵੀ ਚੀਜ਼ ਬਹੁਤ ਸੋਹਣੀ ਹੈ ਸਟੇਟ ਸ਼ਰਟ ਹੈ ਬੇਟੇ ਇਹ ਹਾਂਜੀ ਸਟੇਟ ਸ਼ਰਟ ਦੇ ਨੱਚੇ ਪਲਾਜ਼ੋ ਜ਼ਾਫਾ ਜ਼ਾਫਾ ਇਹ ਜ਼ਾਫਾ ਹੋਏਗਾ ਜੀ ਬਹੁਤ ਪਿਆਰਾ ਕੰਮ ਆਇਆ ਲਾ ਸੋ ਟੋਟਲ ਸਾਰਾ ਨਾ ਇਹ ਚ ਇਹ ਕੰਮ ਜਿਹੜਾ ਕੀਤਾ ਤੇਲੇਕਾਰੀ ਦਾ ਕੰਮ ਆਇਆ ਲਾ ਤੁਸੀਂ ਕੰਮ ਦੀ ਕੈਟਪ ਦੇਖੋ ਜਿਹੜਾ ਪਰ ਕੋ ਕਾਲ ਸੇਮ ਆਈਟਮ ਆਈ ਸੀਸ ਤਰ੍ਹਾਂ ਹੀ ਆਦਾ ਪੀਸ ਸੀਗਾ ਉਹ ਐ ਨੀਚੇ ਸਾਰਾ ਤਿੱਲੇਕਾਰੀ ਦਾ ਕੰਮ ਹੈ ਉਰੇ ਤੇ ਹਲਕੀ ਹਲਕੀ ਸੀਕਵੈਂਸ ਦਾ ਕੰਮ ਹੈ ਤਿੰਨ ਬਾਰਡਰ ਬਣੇ ਨੇ 1 2 ਐਂਡ ਤੀਜਾ ਓਪਨ ਬਾਰਡਰ ਉੱਪਰ ਪੂਰੀ ਬੂਟੀ ਏ ਟੋਨਲ ਡਾਈ ਦੇ ਵਿੱਚ ਆ ਉੱਪਰ ਲਾਈਟ ਹੈ ਬੈਲਟ ਵਾਲਾ ਪੋਰਸ਼ਨ ਤਿੱਲੇ ਆ ਕੇ ਹਲਕਾ ਜਾਂ ਗ੍ਰੀਨਿਸ਼ ਦੇ ਵਿੱਚ ਆ ਜਾਂਦਾ ਐਦਾਂ ਹੀ ਸੇਮ ਸ਼ਰਟ ਆਏਗੀ ਵੈਰੀ ਗੁੱਡ ਓਏ ਹੋਏ ਹੋਏ ਪਾਕੀ ਬੰਦ ਕੀਦਾ ਯਾਰ ਸ਼ਰਟ ਦਾ ਦੇਖੋ ਤੁਸੀਂ ਐ ਪੂਰੀ ਸ਼ਰਟ ਦਾ ਫਰੰਟ ਆਏਗਾ ਜੀ ਨੀਚੇ ਡਾਰਕ ਆ ਗਿਆ ਸੇਮ ਬਾਰਡਰ ਨੀਚੇ ਲੋਰਲ ਆ ਗਿਆ ਠੀਕ ਹੈ ਜੀ ਬਾਰਡਰ ਸੇਮ ਆ ਕੇ ਉੱਪਰ ਪੂਰਾ ਜਾਲ ਆਏਗਾ ਫਿਰ ਉੱਪਰ ਜਿਹੜਾ ਚੈਸਟਰ ਵਾਲਾ ਪਾਰਸ਼ਨ ਆਏਗਾ neck ਵਾਲ ਉਹ ਹਲਕਾ ਜਿਹਾ ਲਾਈਟ ਆਏਗਾ ਤੇ ਬੈਕ ਉੱਤੇ ਵੀ ਸੇਮ ਇਦਾਂ ਹੀ ਬੜੇ ਇਦਾਂ ਹੀ ਫੜਦਾ ਹੈਗਾ ਬੈਕ ਉੱਤੇ ਬੂਟੀ ਆਏਗੀ نیچے ਬਾਰਡਰ ਸੇਮ ਆਏਗਾ ਇਹਦੇ ਨਾਲ ਦੁਪੱਟਾ ਫੜਾ ਕਿਹੜਾ ਜੀ ਦੁਪੱਟਾ ਆਏਗਾ ਹਾਫ ਐਂਡ ਹਾਫ ਹਾਫ ਦੁਪੱਟਾ ਆਏਗਾ ਲੈਂਥ ਵਾਲੇ ਪਾਸੇ ਡਾਰਕ ਚਾਰੇ ਪਾਸੇ ਬਾਰਡਰ ਵਿੱਚ ਬੂਟੀ ਹਾਫ ਦੁਪੱਟਾ ਆਏਗਾ ਲਾਈਟ ਲੋ ਜੀ ਇਹ ਚੀਜ਼ਾਂ ਦੇਖੋ ਮਹਾਰਾਜ ਤੁਹਾਨੂੰ ਸੁਪਰ ਚੀਜ਼ਾਂ ਦਿਖਾਈਆਂ ਔਰ ਪ੍ਰਾਈਸ ਦੇਖੋ ਸਿਰਫ 7120 ਰੁਪਏ 7120 ਵਿਦਆਊਟ 슬ੀਵ ਹੈ 슬ੀਵਸ ਕਾਹੋਂ ਕੇ ਲਵਾ ਦਿਆਂਗੇ ਲੋ ਜੀ ਅੱਛੀ ਦੇਖੋ ਮੇਰੇ ਕੋਲ ਸ਼ਰਗ ਦੇ ਵਿੱਚ ਆਈਟਮ ਆਈਆ ਆਫ ਸਾਈਡ ਦੇ ਵਿੱਚ ਹਾਂਜੀ ਰਾਧਾ ਕੁਮਾਰ ਜੀ ਸਸੀਕਾ ਜੀ ਲੋ ਜੀ ਇਹ نیچے ਪਹਿਲਾਂ ਤਾਂ ਪਲਾਜ਼ੋ ਆਏਗਾ ਇਹਦੇ ਵਿੱਚ ਇਹ 4 ਪੀਸ ਕਨਸੈਪਟ ਆ ਗਿਆ ਇਹ ਨੀਚੇ ਪਹਿਲਾਂ ਪਲਾਜ਼ੋ ਆਏਗਾ ਜੌਰਜਟ ਦਾ ਸਟੇਟ ਪਲਾਜ਼ੋ ਉਹਦੇ ਉੱਪਰ ਆਏਗੀ ਸ਼ਰਟ ਜਾਰਜਟ ਦੀ ਲੌਂਗ ਸ਼ਰਟ ਆਏਗੀ ਇਹ ਉਹਦੇ ਉੱਪਰ ਆਏਗੀ ਸ਼ਰਗ ਮਤਲਬ ਆਪਾਂ ਇਹਨੂੰ ਕੱਲਾ ਸੂਟ ਵੀ ਪਾ ਸਕਦੇ ਆ ਮਤਲਬ ਨੀਚੇ ਪਲਾਜ਼ੋ ਨਾਲ ਉੱਪਰ ਨਾਲ ਇਹਨੂੰ ਸ਼ਰਗ ਨਾਲ ਵੀ ਚੂਜ਼ ਕਰ ਸਕਦੇ ਆ ਸ਼ਰਗ ਆਏਗੀ ਉੱਪਰ ਸਾਰੀ ਇੱਕ ਕ੍ਰਾਸ ਸਟੀਚ ਐਮਬਰਾਇਡਰੀ ਹੈ ਜੀ ਵਿੱਚ ਇਹਦੇ ਹਲਕੀ ਹਲਕੀ ਸਿੱਪੀ ਆ ਰੇਸ਼ਮ ਹੈ ਕੜਦਾਨਾ ਵਾਂ ਵਾਈਟ ਪਰਲਸ ਆ ਸੈਂਟਰ ਓਪਨ ਆਏਗਾ ਇੰਡੋ-वेस्टर्न ਸਟਾਈਲ ਉੱਪਰ ਪੂਰਾ ਨੈਕ ਸੈਟਿੰਗ ਫੁੱਲ ਬਾਜ਼ੂਆਂਗੇ ਬੈਕ ਜੌਰੀ ਪਰਲੇ ਲਾਏਗੀ ਨਾਲ ਦੁਪੱਟਾ ਵੀ ਹੈਗਾ ਸ਼ਿਫੋਨ ਦਾ ਹਾਂ ਲਓ एवरी ਚੀਜ਼ ਓਕੇ ਹੈ ਸਭ ਕੁਝ ਹੀ ਹਾਂਜੀ ਖੁਸ਼ ਸੰਦੂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਜਿਹੜੀ ਆਰਡਰ ਨਹੀਂ ਆਇਆ ਬਹੁਤ ਰੋਗੀ ਜੀ ਅੱਜ ਤੁਸੀਂ ਕਰ ਦਿਓ ਆਰਡਰ ਕੋਈ ਗੱਲ ਨਹੀਂ ਆਈਟਮ ਨੰਬਰ 12 ਜੀ ਪ੍ਰਾਈਸ ਪੈਗਾ ਸਿਰਫ 650 ਰੁਪਏ ਜੀ ਅਲਟੀਮੇਟ ਵੀ ਇਹਦਾ ਸੁਖਬੀਰ ਕੌਲੀ ਸਤਿ ਸ਼੍ਰੀ ਅਕਾਲ ਜੀ ਅੰਦਰਪਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਾਨਾ ਸਾਹਿਬ ਅਮਨ ਰੰਧਾਵਾ ਜੀ ਵੈਰੀ ਗੁੱਡ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਲਓ ਜੀ ਆਹ ਦੇਖੋ ਬਿਲਕੁਲ ਨਵੇਂ ਆਰਟੀਕਲ ਹੈ ਇਹ ਵੀ ਸੇਮ ਉਸ ਤਾਈਂ نیچے ਪਲਾਜ਼ੋ ਆਏਗਾ ਹਾਂਜੀ نیچے ਪਲਾਜ਼ੋ ਆਏਗਾ ਜੌਰਡਟ ਦਾ ਉਦੇ ਨੀਚੇ ਫੁੱਲ ਸ਼ਰਟ ਆਏਗੀ ਉੱਪਰ ਆਏਗੀ ਇਸ ਤੇ ਚ ਸ਼ਰਗ ਲੋਕ ਦੇ ਵਿੱਚ ਆਏਗੀ ਜਾਰਜਟ ਦੇ ਵਿੱਚ ਬੋਟਲ ਗ੍ਰੀਨ ਕਲਰ ਹੈ ਇਹਦੇ ਤੇ ਦੋ ਬੂਟੇ ਬਣੇ ਨੇ ਪਲੇਸਿੰਗ ਪੈਟਰਨ ਬਣਿਆ ਸਾਰਾ ਇਹਦਾ ਸਿਕਵੈਂਸ ਦਾ ਕੰਮ ਹੈ ਕਟਦਾਨੇ ਦਾ ਇਹ ਨਾਲ ਬਿਲਕੁਲ ਬਰੀਕੀ ਦੇ ਕੰਮ ਨੇ ਜਿਵੇਂ ਕੁੜੀਆਂ ਨੂੰ ਹਲਕੇ ਹਲਕੇ ਪੀਸ ਚਾਹੀਦੇ ਨੇ ਇਹ ਬਾਜ਼ੂ ਹੈ ਇਹ ਨਾਲ ਬੈਕ ਉੱਤੇ ਬੂਟਾ ਬਣਿਆ ਲੱਗਾ ਟਿਕਦਾ ਸਿੰਪਲ ਦੁਪੱਟਾ ਸ਼ਿਫੋਨ ਦਾ ਆਏਗਾ ਨਾਲ ਇਹ ਬਹੁਤ ਐਕਸਕਲੂਸਿਵ ਪੀਸ ਦਿਖਾ ਰਿਹਾ ਸਾਰੇ ਬਿਲਕੁਲ ਨਵੇਂ ਆਰਟੀਕਲ ਨੇ ਸ਼ਾਗ ਦਾ ਸੈਂਟਰ ਓਪਨ ਹੁੰਦਾ ਇਹਦਾ ਦੇ ਅੱਜ ਪ੍ਰਾਈਸ ਕੀ ਨਿਕਲੇ ਆ ਆਈਟਮ ਨੰਬਰ ਅੱਜ ਦੀ ਵੀਡੀਓ ਦੀ ਇਹ 13 ਤੇ ਸਿਰਫ 6420 ਜੀ 6420 ਹਾਂ ਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਜੀ 크੍ਰਿਸ਼ਨ ਜੀ ਥੈਂਕ ਯੂ ਜੀ ਸੁਖਬੀਰ ਕੌਰ ਜੀ ਸਤਿ ਸ੍ਰੀ ਅਕਾਲ ਜੀ ਇੰਦਰਪਾਲ ਚਾਨਾ ਸਾਹਿਬ ਸਤਿ ਸ੍ਰੀ ਅਕਾਲ ਜੀ ਉਹ ਜੀ ਕਿਆ ਵੀ ਦੇਖੋ ਜਿਹੜਾ ਪ੍ਰੋਪਰ ਰਾਣੀ ਕਲਰ ਦੇ ਵਿੱਚ ਆਈਟਮ ਆਈ ਹੈ ਇਹ ਸਾਰੇ ਅੱਜ ਦੇ ਵੀਸਣੇ ਵਾਲੇ ਜਿਹੜੇ ਸ਼ੋਅ ਕਰ ਰਹੇ ਆ ਐਂਟੀ ਗੋਲਡ ਦਾ ਕੰਮ ਆ ਸਾਰਾ ਇਹਲਾ ਪ੍ਰੋਪਰ ਰਾਣੀ ਕਲਰ ਜਿਹੜਾ ਹੁੰਦਾ ਨਾ ਬ੍ਰਾਈਟ ਪਾਕਿਸਤਾਨੀ ਰਾਣੀ ਕਲਰ ਆ ਇਹ ਇੱਥੇ ਤਾਂ ਰੰਗ ਹੀ ਡਾਈ ਨਹੀਂ ਕਰਦੇ ਇਦਾਂ ਦਾ ਜੀ ਇਹਦੇ نیچے ਪੂਰਾ ਪਿਓਰ ਚਨਾਉਂਚ ਸ਼ਿਫੋਨ ਦਾ نیچے ਪਲਾਜ਼ੋ ਆਏਗਾ ਉਹਦੇ ਉੱਪਰ ਲੌਂਗ ਸ਼ਰਟ ਆਏਗੀ ਉਹਦੇ ਉੱਪਰ ਲੌਂਗ ਸ਼ਰੱਗ ਆਏਗੀ ਪੂਰੀ ਐਮਬਰਾਇਡਰੀ ਆਏਗੀ ਨੀਚੇ ਤੋਂ ਲੈ ਕੇ ਉੱਪਰ neck level ਤੱਕ ਸ਼ੋਲਡਰ ਤੱਕ ਪੂਰੀ ਐਮਬਰਾਇਡਰੀ ਆਏਗੀ ਸਾਰਾ ਇਹ ਚ ਕਟਧਾਣੇ ਦਾ ਕੰਮ ਆਏਗਾ ਸੀਕੁਐਂਸ ਦਾ ਕੰਮ ਆਏਗਾ ਹਲਕਾ ਹਲਕਾ ਪੋਦਮੋਤੀ ਸੂਸ ਕੀਤਾ ਆ ਨਾਲੇ ਸਤਾਈ ਫੁੱਲ ਬਾਜ਼ੂ ਆਣਗੇ ਦੁਪੱਟਾ ਨਾਲ ਸਿੰਪਲ ਸ਼ਿਫੋਨ ਦਾ ਵੀ ਨਾਲ ਦੁਪੱਟਾ ਵੀ ਆ ਸਾਈਜ਼ ਮੈਡਮ ਜੀ ਆਪਾਂ ਨੂੰ ਮਿਲ ਲੇਗੇ 38 40 42 ਕਿਰਨ ਬਰਾੜ ਜੀ ਸਤਿ ਸ੍ਰੀ ਅਕਾਲ ਜੀ ਬਰਿੰਦਰ ਜੀ ਸਤਿ ਸ੍ਰੀ ਅਕਾਲ ਜੀ জাফর ਜੀ ਸਤਿ ਸ੍ਰੀ ਅਕਾਲ ਜੀ ਸ਼ਰੌਂਜੀ ਸਤਿ ਸ੍ਰੀ ਅਕਾਲ ਆਈਟਮ ਨੰਬਰ 14 ਤੇ ਸਿਰਫ 7270 ਰੇ ਨਿਕਲਿਆ ਰਾ ਜੀ ਦੇਖੋ ਮੈਡਮ ਜੀ ਆਪਾਂ 5 ਮੀਟਰ ਸੂਟ ਲਈ ਹੈ ਨਾ ਜੀ ਇਹ ਤਾਂ ਪਹਿਲੀ ਗੱਲ 7 ਮੀਟਰ ਕਪੜਾ 7.5 ਮੀਟਰ ਹੈ ਕਿਉਂਕਿ 50 ਇੰਚ ਲੈਂਥ ਛੱਡਦੀ ਹੈ 50 ਇੰਚ ਉੱਪਰ ਜੈਕਟ ਦੀ ਹੈ ਇਹ 7.5 8 ਮੀਟਰ ਦਾ ਕਪੜਾ ਲੱਗਿਆ ਹੋਇਆ ਜੀ ਇਹ ਖਾਲੀ ਕਪੜਾ ਲਈਏ ਮਤਲਬ ਕਪੜਾ ਹੀ ਬਣ ਜਾਂਦਾ ਐਨੇ ਦਾਦਾ ਜੀ ਆਪਾਂ ਦੋਨੇ ਦਾ ਸੂਟ ਦੇ ਰਿਆ ਫਿਰ ਕੜਾਈ ਵੀ ਐ ਡਾਈਂਗ ਵੀ ਐ ਸਭ ਕੁਝ ਐ ਸਟ੍ਰੀਚਿੰਗ ਵੀ ਐ ਦੇਖੋ ਚਰਾਂਚ ਫੋਨ ਦੇ ਵਿੱਚ ਇਹ ਨੀਚੇ ਪਲਾਜ਼ੋ ਆਏਗਾ ਜੀ ਇਹਲਾ ਇਹ ਸ਼ਰਗ ਵਾਲਾ ਕਨਸੈਪਟ ਆਗਾ ਤੁਹਾਨੂੰ ਪੂਰਾ ਦਿਖਾਣਾ ਐ ਬਈਸ ਇਹ ਸਾਡੇ ਕੋਲ ਟਾਈਮ ਸੈਕੰਡ ਟਾਈਮ ਬਿਕਰੀ ਆ ਕੇ ਲੇਕਿਨ ਬਹੁਤ ਅੱਛਾ ਰਿਸਪੌਂਸ ਐ ਇਹ ਨੀਚੇ ਪਲਾਜ਼ੋ ਆਗਾ ਜੀ ਸੀ ਗ੍ਰੀਨ ਕਲਰ ਦੇ ਵਿੱਚ ਉੱਪਰ ਜਿਹੜੀ ਚੋਲੀ ਆਏਗੀ ਉਹ ਆਏਗੀ ਹਲਕੇ ਜਿਹਾ ਕੜਦਾਨੇ ਦੇ نیچے ਸਕੈਲਪਿੰਗ ਆ ਉੱਪਰ ਸਿਰਫ ਰਾਉਂਡਿੰਗ 넥 ਕੋਤੇ ਆ ਠੀਕ ਐ ਜੀ ਉੱਪਰ ਸਾਰਾ ਟੋਟਲ ਨੋਟ ਦਾ ਕੰਮ ਹੈ ਇਹ ਪਿਓਰ ਦਬਕਾ ਲੱਗਿਆ সিলਵਰ ਤੇ ਨਾਲ সিলਵਰ ਕੜਦਾਨਾ ਹੈ সিলਵਰ ਸਿੱਪੀ ਲੱਗੀ ਨਾਲ ਇਹਦੇ ਪੂਰੀ ਸ਼ਰਾਗ ਆਏਗੀ ਇਸ ਦਾ ਹੈਵੀ ਨਾਲ ਨਾਲੇ ਵਿੱਚ نیچے ਕੜਦਾਨੇ ਪਰਨ ਵਾਲੀ ਲੇਸ ਵੀ ਨਾਲ ਲੱਗੀ ਬੜੇ ਬੈਕਵਾ ਦੇ ਕੋਣੀ ਜਿਹੜਾ ਫੁੱਲ ਬਾਜ਼ੂ ਹੈ ਨਾਲੇ ਦੀ ਬੈਕ ਤੇ ਬਾਰਡਰ ਆਏਗਾ ਵਿੱਚ ਇਹ ਹਲਕਾ ਜਿਹਾ ਨਾ ਟੇਲ ਸਟਾਈਲ ਦੇ ਵਿੱਚ ਹੁੰਦੇ ਨੇ ਜਿਵੇਂ ਲਹਿੰਗੇ ਆਉਂਦੇ 1.5 2 2 ਲੱਖ ਦੇ ਹਲਕਾ ਜਿਹਾ ਸੈਂਟਰ ਸ਼ਾਟ ਹੁੰਦੀ ਹੈ ਬੈਕ ਤੋਂ ਹਲਕੀ ਜਿਹੀ ਟੇਲ ਹੁੰਦੀ ਹੈ ਤਾਂ ਕਿ ਲੁੱਕ ਥੋੜੀ ਡਿਫਰੈਂਟ ਨਿਕਲ ਸਕੇ ਉਹ ਜੀ ਆ ਲੁੱਕ ਆ ਗਈ پورے ਆਰਟੀਕਲ ਦੀ ਇਹ ਵਿਦਾਊਟ ਦੁਪੱਟਾ ਕਨਸੈਪਟ ਆ ਨਾ ਬੇਟੇ ਤੇ ਬੈਲਟ ਨਾਲ ਆ ਗਈ ਜੀ ਹਾਂ ਬੈਲਟ ਨਾਲ ਤੁਹਾਨੂੰ ਦਵਾਂਗੇ ਆਈਟਮ ਨੰਬਰ 15 ਤੇ ਪ੍ਰਾਈਸ ਪੈ ਗਿਆ ਦਾ 11970 ਰੁਪਏ ਜੀ ਹਾਂ ਚੀ ਰਾਣੀ ਜੀ ਸਤਿ ਸ੍ਰੀ ਅਕਾਲ ਜੀ ਰਾਣੀ ਪੁੰਨੀ ਜੀ ਵੈਰੀ ਗੁੱਡ ਸਤਿ ਸ੍ਰੀ ਅਕਾਲ ਜੀ ਗੁਰਬਖਸ਼ ਵਰਕ ਸਾਫ ਸਤਿ ਸ੍ਰੀ ਅਕਾਲ ਜੀ ਲੋ ਜੀ ਕਚਰੀ ਕਲਰ ਦੇ ਵਿੱਚ ਆਈਟਮ ਆ ਗਈ ਕੜਦਾਨੇ ਦੇ ਵਿੱਚ ਇਹ ਵੀ ਸੇਮ ਕਨਸੈਪਟ ਯਾ ਨੀਚੇ ਜੌਰਜਟ ਦਾ ਪਲਾਜ਼ੋ ਲੌਂਗ ਸ਼ਰਟ ਉੱਪਰ ਸ਼ਰੱਗ ਇਹ ਸੈਂਟਰ ਓਪਨ ਆਏਗੀ ਸ਼ਰੱਗ ਇਹਦੇ ਦੋਨਾਂ ਨੀਚੇ ਦੇ ਬਾਰਡਰ ਤੇ ਕੰਮ ਆਏਗਾ ਇਹ ਚ ਇਕ ਚੱਕੜ ਦਾਣਾ ਜੂਸ ਕੀਤਾ 골ਡਨ ਤੇ ਵਾਈਟ ਕਲਰ ਦਾ ਪਰਲ ਦਾ ਤੇ ਚੈਰੀ ਕਦਰ ਦੀ ਸਿੱਪੀ ਆ ਦੋਨੇ ਬਾਰਡਰ ਤੇ ਪੂਰੀ ਐਮਬਰਾਇਡਰੀ ਹੈ ਬਾਹੂ ਫੁੱਲ ਆਏਗੀ ਹਲਕਾ ਜਿਹਾ ਕੁੜਤਾ ਪੱਟੀ ਨੈਕ ਆਏਗਾ ਰਾਉਂਡਿੰਗ ਦੇ ਵਿੱਚ ਬਿਲਕੁਲ ਡਿਫਰੈਂਟ ਕਨਸੈਪਟ ਬੈਕ ਤੇ ਬਹੁਤ ਪਿਆਰਾ ਬਾਰਡਰ ਹੈ ਮੈਨੂੰ ਸੀ ਬੈਕ ਪਲੇਨ ਹੋਊਗਾ ਲੇਕਿਨ ਬੈਕ ਤੇ ਵੀ ਬਹੁਤ ਪਿਆਰਾ ਬਾਰਡਰ ਆ ਫੁੱਲ ਬਾਹੂ ਬਣੇਗੀ ਲੈਂਥ ਫੁੱਲ ਆਏਗੀ तकरीबन 45 46 ਬਾਕੀ ਦੀ ਲੈਂਥ ਜਿੰਨੀ ਕਹੋਗੇ ਤਾਂ ਲੈਂਥ ਕਰਾ ਕੇ ਭੇਜਦੇ ਆ ਅਡਜਸਟਮੈਂਟ ਆਈਟਮ ਨੰਬਰ 16 ਸਿਰਫ ਪ੍ਰਾਈਸ ਨਿਕਲਿਆ 5900 ਵੈਰੀ ਗੁੱਡ ਯਾਰ 1 ਪੀਜੀ ਸਤਿ ਸ਼੍ਰੀ ਅਕਾਲ ਜੀ ਚੀਜ਼ਾਂ ਹੀ ਬੜੀਆਂ ਪਿਆਰੀਆਂ ਨੇ ਲੋ ਜੀ ਇੱਕ ਪੌਂਚੋ ਸਟਾਈਲ ਦੇ ਵਿੱਚ ਆਈਟਮ ਆਈ ਹੈ ਮੇਰੇ ਕੋਲ ਇਹ ਦੇਖੋ ਸਾਰੇ ਟੋਟਲ ਤੁਹਾਨੂੰ ਫਰੈਸ਼ ਪੀਸ ਆ ਰਹੇ ਹਾਂ ਨੀਚੇ ਹੈ ਗਰਾਰਾ ਆਏਗਾ ਜੀ ਕਲੀਆਂ ਵਾਲਾ ਥਾਈ ਤੇ ਜੋਇੰਟ ਆਏਗਾ ਇਹ ਥਾਈ ਦੇ ਉੱਪਰ ਪੂਰੀ ਐਮਬਰਾਇਡਰੀ ਆ ਗਈ ਜਿੱਥੇ ਥਾਈ ਤੇ ਜੋਇੰਟ ਆਉਂਦਾ ਤੇ ਉੱਪਰ ਆਏਗੀ ਚੋਲੀ ਆਏਗੀ ਨਾਲੇ ਇਸ ਤਰ੍ਹਾਂ ਹੀ نیچے ਸ਼ਾਰਟ ਚੋਲੀ ਉਪਰ ਆਏਗਾ ਪੌਂਚੂ ਸਟਾਈਲਿਸ਼ ਲੁੱਕ ਦੇ ਵਿੱਚ ਇਸ ਤਰ੍ਹਾਂ ਸੈਂਟਰ ਵੀ ਸ਼ੇਪ ਨੈੱਕ ਆ ਗਿਆ ਦੋਨਾਂ ਸਾਈਡਾਂ ਤੋਂ ਐmbroidery ਸ਼ੁਰੂ ਹੋਏਗੀ ਹਲਕਾ ਜਿਹਾ ਡੀਟੇਲ ਸਟਾਈਲ ਆਏਗਾ ਸਟੋਮਕ ਤੋਂ ਆਕੇ ਇਹਦੇ ਵਿੱਚ ਕੱਟ ਆ ਜਾਏਗਾ ਸਾਈਡ ਦੇ ਉੱਤੇ ਇਸ ਤਰ੍ਹਾਂ ਜਿਹੇ ਵਿੱਚ ਤੇ ਆ ਨਾਲ ਬੈਕ ਵੀ ਆਏਗੀ ਸੇਮੇ ਦੇ ਵਿੱਚ ਮੈਂ ਇੱਕ ਦੋਨਾਂ ਪਾਸੇ ਸ਼ੋਲਡਰ ਤੋਂ نیچے ਆਕੇ ਜੁਆਇੰਟ ਕਰਦੀ ਆ ਉੱਪਰ ਸ਼ੋਲਡਰ ਤੇ ਕੰਮ ਆਏਗਾ ਸਾਰਾ ਬਾਜ਼ੂ ਦੀ 3/4 ਬਾਜ਼ੂ ਹੈ ਬੈਕੀ ਸਟਾਈਲ ਨਾਲੇ ਦੇ ਬਾਜ਼ੂ ਆਏਗੀ ਬਹੁਤ ਪਿਆਰਾ ਕਨਸੈਪਟ ਹੈ ਪੀਚ ਕਲਰ ਦੇ ਵਿੱਚ ਆਈਟਮ ਹੈ ਕੰਮ ਵੀ ਸਾਰਾ ਟੋਟਲ ਕੜਦਾਨੇ ਦਾ ਪਰਲ ਦਾ ਤੇ ਰੇਸ਼ਮ ਦਾ ਆਈਟਮ ਨੰਬਰ 17 ਪ੍ਰਾਈਸ ਪਏਗਾ 9740 ਹਾਂਜੀ ਸਤਿ ਸ੍ਰੀ ਅਕਾਲ ਜੀ ਮਨਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ ਮੋਨ ਗੁਲ ਸਾਹਿਬ ਸਤਿ ਸ੍ਰੀ ਅਕਾਲ ਜੀ ਕਲਰ ਦੇਖੋ ਤੁਸੀਂ ਜਰਾ ਜੀ ਬਿਲਕੁਲ ਯੂਨੀਕ ਕਲਰ ਜੀ ਇਹ نیچے ਜ਼ਾਫਾ ਆਏਗਾ ਇਹ ਲਾ ਇਹ ਰੇਪ ਕਟਿੰਗ ਦੇ ਵਿੱਚ ਬੰਦਾ ਵਾ ਜੋਇੰਟ ਦੇਖੇ ਨਾ ਸਾਈਡ ਦੇ ਉੱਤੇ ਇਹ ਰਾਇਲਿਸ਼ ਬਲੂ ਕਲਰ ਹੈ ਜੀ ਇਹ ਲਾ نیچے ਜ਼ਾਫਾ ਆਏਗਾ ਪੂਰਾ ਰੇਪ ਕਟਿੰਗ ਦੇ ਵਿੱਚ ਉੱਪਰ ਆਏਗੀ ਇਹ ਚੋਲੀ ਸਾਰਾ ਸੀਕੁਐਂਸ ਦਾ ਕੰਮ ਹੈ ਉਹਦੇ ਉੱਪਰ ਆਏਗੀ ਸ਼ਾਰਟ ਸ਼ਰੱਗ ਟੋਟਲ ਸਾਰਾ ਸ਼ਰੱਗ ਦੇ ਵਿੱਚ ਇਹ ਨਾਲ ਫੁੱਲ ਬਾਜ਼ੂ ਆਣਗੇ ਲੂਜ਼ਰ ਦੇ ਵਿੱਚ ਇਸ ਤਰ੍ਹਾਂ ਹੀ ਬੈਕ ਤੇ ਕੰਮ ਆਏਗਾ ਮੋਸਟਲੀ ਡ्रेसेस ਹੁੰਦੀਆਂ ਤਕਰੀਬਨ 18000 20000 22000 ਤੋਂ ਸ਼ੁਰੂ ਹੁੰਦੀਆਂ ਨੇ ਲੇਕਿਨ ਆਪਣੇ ਕੋਲ ਸਿੰਗਲ ਪੀਸ ਐਸੀ ਪ੍ਰੋਪਰ ਨੇਵੀ ਬਲੂ ਕਲਰ ਰਾਇਲਿਸਟ ਦੇ ਵਿੱਚ ਲੋ ਜੀ ਚੋਲੀ ਤੇ ਵੀ ਕੰਮ ਆਏਗਾ ਸ਼ਰੱਗ ਵੀ ਉੱਪਰ ਸ਼ਾਰਟ ਸ਼ਰੱਗ ਹੈ ਪੂਰੀ ਐਮਬਰਾਇਡਰੀ ਫੁੱਲ ਬਾਜ਼ੂ ਲੋ ਜੀ ਦੀ ਪ੍ਰਾਈਸ ਕੀ ਨਿਕਲਿਆ ਇਹਦਾ ਸਿਰਫ 7720 ਰੁਪਏ ਵੈਰੀ ਗੁੱਡ ਯਾਰ ਪੀਸ ਬਹੁਤ ਸੋਹਣਾ ਹੈ 18 ਨੰਬਰ ਆਈਟਮ 7500 ਰੁਪਏ ਜੀ। ਓਕੇ ਵੀਰ। ਲੋ ਜੀ ਲਾਸਟ ਤੰਦ ਖਾਰਿਆ ਅੱਜ 19 ਪੀਸੇ ਗਏ ਜੀ ਲਾਸਟ ਪੀਸ ਹੋ ਰਿਹਾ ਬਲੈਕ ਵਾਲਾ ਆਪਾਂ ਜਿਹੋ ਤੁਹਾਨੂੰ ਵੀਡੀਓ ਸ਼ੁਰੂ ਕੀਤੀ ਸੀ। نیچے ਪਲਾਜ਼ੋ ਆਏਗਾ ਬੇਟਾ ਪਲਾਜ਼ੋ ਆ ਨਾ? ਹਾਂ ਜੀ। نیچے ਪਲਾਜ਼ੋ ਹੈ ਉੱਤੇ ਹਲਕਾ ਕੜਦਾਨੇ ਦੇ ਨਾਲ ਸਾਰੇ ਲੀਫਸ ਬਣੇ ਨੇ ਸਾਰੇ ਐਮਬਰਾਇਡਰੀ ਦੇ ਵਿੱਚ ਪਿਓਰ ਕ੍ਰੇਪ ਉੱਤੇ ਬਲੈਕ ਕਲਰ ਦਾ ਕੜਦਾਨੇ ਨਾਲ ਕੰਮ ਕੀਤਾ ਸਾਰਾ ਜੀ نیچے ਸਕੈਲਪਿੰਗ ਆ ਪਲਾਜ਼ੋ ਦੇ। ਉੱਪਰ ਆਏਗੀ ਸਟੇਟ ਸ਼ਰਟ ਨਾਰਮਲ ਲੈਂਥ ਦੇ ਵਿੱਚ। ਇਹ ਜਿਹੇ ਬਣੇ ਲੀਫ ਸਟਾਈਲ ਨੇ ਲੇਕਿਨ ਪੂਰਾ ਹੈਵੀ ਕੰਮ ਕੀਤਾ ਔਰ ਝੱਕੜਦਾਨੇ ਦੇ ਨਾਲ 4 4 5 ਪਲ ਲੈਈ ਨਾ ਨੇ ਹਲਕਾ ਜਿਹਾ ਪਰਲਸ ਦੇ ਉੱਤੇ ਸੀਕੁਅਲ ਨਾਲ ਬਣਾ ਨੈੱਕੇ ਦਾ ਕਬੱਟੇ ਦੇ ਚਾਰੇ ਪਾਸੇ ਪਰਲਸ ਪਿਓਰ ਜਾਰਜਟ ਦੀ ਚੁੰਨੀ ਹੈ ਪਿਓਰ ਕ੍ਰੇਪ ਦਾ ਸੂਟ ਹੈ ਆ ਲੁੱਕ ਆਈਏ ਪੂਰੇ ਆਰਟੀਕਲ ਦੀ ਦਿਓ ਜੀ ਪ੍ਰਾਈਸ ਕੀ ਹੈ ਆਈਟਮ ਨੰਬਰ 19 ਤੇ ਪ੍ਰਾਈਸ ਪਾਏਗਾ ਸਿਰਫ 10230 ਰੁਪਏ ਸਾਈਜ਼ ਆਪਾਂ ਨੂੰ 38 40 42 ਸਾਰੇ ਮਿਲ ਜਾਣਗੇ ਬਾਕੀ ਤੁਸੀਂ ਆਪਣਾ ਨਾਪ ਭੇਜਣਾ ਵਾ ਚੈਸਟ ਬੇਸਡ ਹਿਪ ਤੇ ਲੋਅਰ ਦੀ ਲੈਂਥ ਅਰਿਆਸਪੈਂ ਤੁਹਾਨੂੰ ਕਰਾ ਕੇ ਭੇਜਾਂਗੇ ਆਲ ਓਵਰ ਵਰਲਡ ਵਾਈਡ ਸ਼ਿਪਮੈਂਟ ਆਪਣੀ ਕਿਤੇ ਵੀ ਤੁਸੀਂ ਬੈਠੇ ਹੋ ਚਾਹੇ ਤੁਸੀਂ ਇੰਡੀਆ ਬੈਠੇ ਹੋ ਚਾਹੇ ਤੁਸੀਂ ਆਊਟ ਆਫ ਇੰਡੀਆ ਬੈਠੇ ਹੋ ਆਪਾਂ ਤੁਹਾਨੂੰ ਹਰ ਜਗ੍ਹਾ ਪਾਰਸਲ ਭੇਜ ਸਕਦੇ ਹਾਂ ਪੇਮੈਂਟ ਵੀ ਤੁਸੀਂ ਉੱਥੋਂ ਕਲੈਕਟ ਕਰ ਸਕਦੇ ਹਾਂ ਤੇ ਬਾਕੀ ਤੁਸੀਂ ਇਹ ਗਿਫਟ ਤੁਹਾਡੇ ਵਾਸਤੇ ਕੱਢ ਰਹੇ ਹਾਂ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜਾ 5 ਜਨਵਰੀ ਵਰਗਿਫਟ ਕੱਢਣਾ ਉਹ ਤੁਹਾਡਾ ਹੀ ਕੱਢਣਾ ਮੈਡਮ ਜੀ ਹਾਂਜੀ ਨੰਬਰ ਬੇਟ ਇੱਕ ਵਾਰੀ ਫੇਰ ਨੋਟ ਕਰੋ ਜੀ ਜਾਂ ਨੰਬਰ ਨੋਟ ਕਰੋ ਬੁਕਿੰਗ ਵਾਸਤੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੀ ਗ